ਇਹ ਰਬੜ ਦਾ ਬਣਿਆ ਖਿਡੌਣਾ ਨਹੀਂ ਹੈ ਪਰ ਸਹੀ ਅਰਥਾਂ ਵਿੱਚ ਇਹ ਇੱਕ ਰਬੜ ਦੇ ਖਿਡੌਣੇ ਵਰਗੀ ਹੀ ਹੈ। ਤੁਸੀਂ ਦੇਖ ਸਕਦੇ ਹੋ ਕਿ ਉਹ ਕਿਵੇਂ ਆਪਣੇ ਪੈਰਾਂ ਦੀਆਂ ਉਂਗਲਾਂ ਨਾਲ ਆਪਣੇ ਸਿਰ ਨੂੰ ਛੂ ਸਕਦੀ ਹੈ, ਕਿਵੇਂ ਉਹ ਆਪਣੀਆਂ ਦੋਵੇਂ ਪੈਰਾਂ ਉੱਤੇ ਬੈਠ ਕੇ ਆਪਣੇ ਦੋਵੇਂ ਹੱਥਾਂ ਨੂੰ ਪਾਰ ਕਰ ਸਕਦੀ ਹੈ। ਕਈ ਕਿਸਮ ਦੇ ਮੁਸ਼ਕਲ ਯੋਗ ਆਸਨ ਉਹ ਸੌਖੇ ਢੰਗ ਨਾਲ ਹੀ ਕਰਨ 'ਚ ਸਮਰੱਥ ਹੈ। ਉਹ ਆਪਣੇ ਪੂਰੇ ਸਰੀਰ ਨੂੰ ਕਿਸੇ ਸਪਰਿੰਗ ਵਾਂਗ ਮੋੜ ਸਕਦੀ ਹੈ। ਆਪਣੀ ਇਸ ਵਿਲੱਖਣ ਪ੍ਰਤਿਭਾ ਦੇ ਕਾਰਨ ਉਹ ਅੱਜ ਨਿਆਗਰ ਦੀ ਸਪਰਿੰਗ ਗਰਲ ਦੇ ਰੂਪ ਵਜੋਂ ਵਿਆਪਕ ਤੌਰ 'ਤੇ ਜਾਣੀ ਜਾਂਦੀ ਹੈ। ਇਹ ਕੁੜੀ ਪ੍ਰਿਆ ਪ੍ਰਿਯਦਰਸ਼ਨੀ ਹੈ ਜੋ ਰਾਣਾਪੁਰ ਬਲਾਕ ਦੇ ਅਧੀਨ ਪੈਂਦੇ ਰਾਜਾ ਸੁਨਾਖਲਾ ਪਿੰਡ ਦੇ ਮਥੁਰਾਪੁਰ ਕਸਬੇ ਦੀ ਵਸਨੀਕ ਹੈ। ਉਹ ਮੁਸ਼ਕਲ ਨਾਲ 3 ਸਾਲ ਦੀ ਹੈ। ਹਾਲਾਂਕਿ ਉਹ ਆਸਾਨੀ ਨਾਲ ਵੱਖ ਵੱਖ ਕਿਸਮ ਦੇ ਮੁਸ਼ਕਲ ਯੋਗ ਆਸਨ ਜਿਵੇਂ ਚੱਕਰਾਸਨ, ਵ੍ਰਿਸ਼ਕ ਆਸਨ, ਪੁਨਮਾਸਨਾ, ਪਦਸਤਾਸਨਾ, ਪਾਸ਼ਟੋਮੋਟਨ ਆਸਨਾ ਆਦਿ ਕਰ ਸਕਦੀ ਹੈ। ਪ੍ਰਿਆ ਦੀ ਇਸ ਸਫਲਤਾ ਦੇ ਅਸਲ ਨਾਇਕ ਉਸਦੇ ਪਿਤਾ ਵਿਜੇ ਕੁਮਾਰ ਹਨ। ਪ੍ਰਿਆ ਦੇ ਜਨਮ ਤੋਂ 12 ਦਿਨ ਬਾਅਦ ਹੀ ਉਸਦੇ ਪਿਤਾ ਨੇ ਉਸ ਨਾਲ ਵੱਖ ਵੱਖ ਅਭਿਆਸ ਕਰਕੇ ਉਸਦੇ ਸਰੀਰ ਨੂੰ ਲਚਕਦਾਰ ਬਣਾ ਦਿੱਤਾ। ਪ੍ਰਿਆ ਆਪਣੇ ਪਿਤਾ ਦੀ ਹਰ ਸਲਾਹ ਦੀ ਪਾਲਣਾ ਕਰਦੀ ਹੈ। ਉਸਦੇ ਅੰਥਕ ਯਤਨਾਂ ਅਤੇ ਨਿਰੰਤਰ ਅਭਿਆਸ ਦੇ ਕਾਰਨ ਹੀ ਅੱਜ ਉਸਨੂੰ ਯੋਗਾ ਰਾਣੀ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਹਰ ਕੋਈ ਉਸ ਵੱਲ ਆਕਰਸ਼ਿਤ ਹੁੰਦਾ ਹੈ। ਉਹ ਬਚਪਨ ਤੋਂ ਹੀ ਯੋਗ ਦਾ ਅਭਿਆਸ ਕਰ ਰਹੀ ਸੀ। ਮੈਂ ਚਾਹੁੰਦਾ ਸੀ ਕਿ ਉਹ ਕੁਝ ਚੰਗਾ ਕੰਮ ਕਰੇ। ਮੈਂ ਉਸਨੂੰ ਚੱਕਰਾਸਨ ਵਰਗੇ ਕਈ ਯੋਗ ਸਿਖਾਏ। ਮੈਂ ਯੋਗ ਵਿੱਚ ਉਸਦਾ ਭਵਿੱਖ ਉਜਲਾ ਬਣਾਉਣਾ ਚਾਹੁੰਦਾ ਹਾਂ ਤਾਂ ਕਿ ਉਹ ਇੱਕ ਮਸ਼ਹੂਰ ਯੋਗ ਅਧਿਆਪਕ ਬਣ ਸਕੇ। ਤੇ ਕਮ ਵਯਸ ਸਮੇਂ ਰੂ ਮਾਤਰ ਤਾਰ ਵਯਸ 3 ਵਰਸ 6 ਮਾਸ। ਉਹ 3 ਸਾਲ 6 ਮਹੀਨੇ ਦੀ ਹੈ। ਬਹੁਤ ਕਠਿਨ ਕਲਾਬਾਜ਼ੀ ਕਰਦੀ ਹੈ। ਅਜਿਹਾ ਲੱਗਦਾ ਹੈ ਕਿ ਉਸਦਾ ਸਰੀਰ ਸਪ੍ਰਿੰਗ ਦਾ ਬਣਿਆ ਹੈ। ਉਹ ਸਪ੍ਰਿੰਗ ਵਾਂਗ ਆਪਣੇ ਹੱਥ ਅਤੇ ਪੈਰ ਨੂੰ ਘੁਮਾ ਸਕਦੀ ਹੈ। ਸਪ੍ਰਿੰਗ ਜੇ ਭਲੀ ਜੋ ਪਟੂ ਸੇ ਪਟੂ ਨਰਮ ਹੋ ਕੇ ਚੱਲੇ ਸਹੀ ਭਲੀ ਤਾਰ ਹੱਥ ਗੋਡ਼ ਸਭੂ ਪਟੂ ਸੇ ਅਤਿ ਆਰਾਮਰੇ ਸੇ ਬੁਲਾਇ ਪਾਰੁਛ ਏਵੰ ਇਹ ਭਲੀਆ ਕਸ਼ਟ ਸਾਜ ਆਸਨ ਗੋਡ਼ ਪਰਿ। ਪ੍ਰਿਆ ਦੇ ਪਿਤਾ ਵਿਜੇ ਕੁਮਾਰ ਖੁਦ ਬਚਪਨ ਦੇ ਦਿਨਾਂ ਤੋਂ ਹੀ ਜਿਮਨਾਸਟ ਬਣਨ ਦਾ ਸੁਪਨਾ ਦੇਖ ਰਹੇ ਸਨ। ਹਾਲਾਂਕਿ ਉਹ ਆਪਣੀ ਗਰੀਬੀ ਕਾਰਨ ਆਪਣੀ ਇਹ ਇੱਛਾ ਪੂਰੀ ਨਹੀਂ ਕਰ ਸਕੇ। ਇਹੀ ਕਾਰਨ ਹੈ ਕਿ ਉਹ ਆਪਣੀ ਕੁੜੀ ਨੂੰ ਇੱਕ ਚੰਗਾ ਜਿਮਨਾਸਟ ਜਾਂ ਯੋਗ ਗੁਰੂ ਦੇ ਰੂਪ ਵਿੱਚ ਸਥਾਪਿਤ ਕਰਨ ਦੇ ਲਈ ਗੰਭੀਰਤਾ ਨਾਲ ਅਤੇ ਜ਼ੋਰ ਨਾਲ ਕੋਸ਼ਿਸ਼ ਕਰ ਰਹੇ ਹਨ। ਪਰਿਵਾਰ ਨੇ ਉਹਨਾਂ ਦੇ ਉੱਨਤ ਸਿਖਲਾਈ ਦੇ ਪ੍ਰਬੰਧ ਕਰਨ ਦੇ ਨਾਲ ਨਾਲ ਸਰਕਾਰੀ ਸੁਰੱਖਿਆ ਲਈ ਸੰਬੰਧਿਤ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਅਪੀਲ ਕੀਤੀ ਹੈ। ਜਦੋਂ ਉਹ ਸਿਰਫ 12 ਦਿਨਾਂ ਦੀ ਸੀ ਉਦੋਂ ਉਸਦੇ ਪਿਤਾ ਨੇ ਉਸਦੇ ਸਰੀਰ ਦੀ ਮਾਲਿਸ਼ ਕਰਨੀ ਸ਼ੁਰੂ ਕਰ ਦਿੱਤੀ। ਫਿਰ ਉਸਦੇ ਪਿਤਾ ਨੇ ਉਸਨੂੰ ਯੋਗ ਅਭਿਆਸ ਕਰਵਾਇਆ। ਉਹ ਜਿਮਨਾਸਟ ਬਣਨਾ ਚਾਹੁੰਦੇ ਸੀ ਪਰ ਪ੍ਰਿਆ ਦੇ ਪਿਤਾ ਇਸ ਦਾ ਖਰਚਾ ਪੂਰਾ ਨਾ ਕਰ ਸਕੇ। ਇਸ ਲਈ ਉਹ ਚਾਹੁੰਦੇ ਹਨ ਕਿ ਉਹਨਾਂ ਦੀ ਧੀ ਉਹਨਾਂ ਦੇ ਸੁਪਨੇ ਨੂੰ ਸਾਕਾਰ ਕਰੇ। ਸਖਤ ਮਿਹਨਤ ਅਤੇ ਸਮਰਪਣ ਸਾਰੇ ਅਸੰਭਵ ਕਾਰਜਾਂ ਨੂੰ ਸੰਭਵ ਬਣਾਉਂਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਯੋਗ ਦੇ ਪ੍ਰਤੀ ਪ੍ਰਿਆ ਦਾ ਆਕਰਸ਼ਣ ਅਤੇ ਸਮਰਪਣ ਬਹੁਤ ਹੀ ਛੋਟੀ ਉਮਰ ਵਿੱਚ ਇੱਕ ਦਿਨ ਉਸਨੂੰ ਸਫਲਤਾ ਦੇ ਸਿਖਰ ਉੱਤੇ ਪਹੁੰਚਾਉਣ ਦੇ ਯੋਗ ਬਣਾਏਗਾ। ਬਿਊਰੋ ਰਿਪੋਰਟ, ETV ਭਾਰਤ। To watch 24/7 News Live, download ETV Bharat app.